ਇਹ ਫੋਟੋ ਕਰ ਲਈ ਆ ਫੋਟੋ ਪਾਉਣੀ ਹੈ ਕਿ ਨਾ ਹੈ ਕਰ ਲਓ ਮੇਰੀ ਆਪਦੀ ਕੁਰਸੀ ਹੈ ਆਸ਼ਾ ਵਰਕਰ ਜ਼ਿੰਦਾਬਾਦ ਅੱਜ ਭਾਰੂ ਪਿੰਡ ਦੇ ਵਿੱਚ ਇਕੱਤਰ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਮੇਰੀਆਂ ਮਾਵਾਂ ਭੈਣਾਂ ਵੀਰ ਤੇ ਬਹੁਤ ਹੀ ਸਤਿਕਾਰਯੋਗ ਡਾਕਟਰਸ ਪੈਥੋਲੋਜਿਸਟ ਡਾਕਟਰ ਕੰਬੋਜ ਐਸ ਐਮ ਓ ਦੋਦਾ ਮੈਂ ਤੁਹਾਡੇ ਸਾਰਿਆਂ ਨੂੰ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਗਰਲੇ ਇੱਕ ਸਾਲ ਤੋਂ ਲਗਾਤਾਰ ਜਿਹੜੀ ਫਾਊਂਡੇਸ਼ਨ ਬਣਾਈ ਹੈ ਆਸਰਾ ਫਾਊਂਡੇਸ਼ਨ ਉਹਦੇ ਵਿੱਚ ਲਗਾਤਾਰ ਅਲੱਗ ਅਲੱਗ ਤਰ੍ਹਾਂ ਦੇ ਕੈਂਪ ਲਾਏ ਜਾਂਦੇ ਹੈ ਕੈਂਪਾਂ ਦੇ ਵਿੱਚ ਹਰ ਤਰ੍ਹਾਂ ਦਾ ਟੈਸਟ ਫ੍ਰੀ ਕੀਤਾ ਜਾਂਦਾ ਹੈ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਆਪਰੇਸ਼ਨ ਦੀ ਜਿਸ ਜਿਸ ਮਰੀਜ਼ ਨੂੰ ਲੋੜ ਹੈ ਉਹਨਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਂਦੇ ਹਨ ਜਿੰਨੀਆਂ ਇੱਥੇ ਮੇਰੀਆਂ ਮਾਵਾਂ ਬੈਠੀਆਂ ਜਿਨ੍ਹਾਂ ਨੇ ਪਰਚੀਆਂ ਉਠਾਈਆਂ ਜਿਨ੍ਹਾਂ ਦੇ ਆਪਰੇਸ਼ਨ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਹੈ ਮੇਰੀ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਇਹ ਨਾ ਸੋਚਿਆ ਜੇ ਮੈਂ ਘਰਦਿਆਂ ਨਾਲ ਸਲਾਹ ਕਰਨੀ ਹੈ ਮੈਂ ਘਰਦਿਆਂ ਨੂੰ ਪੁੱਛਣਾ ਹੈ ਮੈਂ ਨੂੰਹ ਨੂੰ ਪੁੱਛਣਾ ਹੈ ਮੈਂ ਪੁੱਤ ਨੂੰ ਪੁੱਛਣਾ ਹੈ ਭਾਈ ਪੁੱਛਣਾ ਤਾਂ ਹੈ ਜੇ ਅਗਲਿਆਂ ਤੋਂ ਰੁਪਈਆ ਲੈਣਾ ਹੋਵੇ ਜਦੋਂ ਸਾਡੇ ਸਾਨੂੰ ਕਿਸੇ ਤੋਂ ਰੁਪਈਆ ਮੰਗਣ ਦੀ ਲੋੜ ਹੀ ਨਹੀਂ ਠੀਕ ਤੁਸੀਂ ਹੁਣ ਹੈ ਪੈਸੇ ਅਸੀਂ ਲਾਉਣੇ ਹੈ ਪਰਿਵਾਰ ਦਾ ਕੀ ਮਤਲਬ ਹੈ ਅੱਧੀਆਂ ਮਾਵਾਂ ਤਾਂ ਵਿਚਾਰੀਆਂ ਇਸ ਗੱਲੋਂ ਹੀ ਡਰ ਜਾਂਦੀਆਂ ਕਿ ਪੁੱਤ ਨੇ ਆਉਣ ਨਹੀਂ ਦਿੱਤਾ ਬੇਬੇ ਇੱਥੇ ਵੋਟਾਂ ਦਾ ਮਸਲਾ ਨਹੀਂ ਇੱਥੇ ਤੁਹਾਡੀ ਸਿਹਤ ਦਾ ਮਸਲਾ ਹੈ ਇੱਥੇ ਮੈਂ ਆਪਦਾ ਘਰ ਛੱਡ ਕੇ ਆਉਣੀ ਹੈ ਤੁਹਾਡੀ ਸਿਹਤ ਦੀ ਮਾਰੀ ਤੁਹਾਡੀ ਤੰਦਰੁਸਤੀ ਦੀ ਮਾਰੀ ਇੱਕ ਮੁਹਿੰਮ ਚਲਾਈ ਗਈ ਹੈ ਤੰਦਰੁਸਤ ਗਿੱਦੜਵਾ ਮੋਦੀਆਂ ਮੁਕਤ ਗਿੱਦੜਵਾ ਇਹ ਉਸ ਮੁਹਿੰਮ ਦੇ ਤਹਿਤ ਮੈਂ ਅੱਡ ਅੱਡ ਪਿੰਡਾਂ ਦੇ ਵਿੱਚ ਕੈਂਪ ਲਾ ਰਹੀ ਹਾਂ ਤੇ ਮੇਰੀ ਸਾਰੀਆਂ ਮਾਵਾਂ ਅੱਗੇ ਬੇਨਤੀ ਹੈ ਕਿ ਤੁਹਾਡਾ ਆਪਰੇਸ਼ਨ ਸਾਡੀ ਜ਼ਿੰਮੇਵਾਰੀ ਤੇ ਹੋਊਗਾ ਇਹ ਉਵੇਂ ਕੀਤਾ ਜਾਊਗਾ ਜਿਵੇਂ ਕਿ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ 20-25,000 ਰੁਪਈਆ ਦੇ ਕੇ ਆਪਰੇਸ਼ਨ ਕੀਤਾ ਜਾਂਦਾ ਹੈ ਬਿਲਕੁਲ ਫਿਕਰ ਨਾ ਕਰਿਆ ਜੇ ਇੱਕ ਪੈਸੇ ਦਾ ਇੱਕ ਆਨੇ ਦਾ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਕਿ ਆਪਰੇਸ਼ਨ ਕਿਵੇਂ ਹੋ ਉਹ ਸਾਡੀ ਜ਼ਿੰਮੇਵਾਰੀ ਹੈ ਉਹ ਤੁਹਾਡੇ MLA ਰਾਜੇ ਵੜਿੰਗ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਕਹਿਣ ਤੇ ਸਾਰੇ ਕੈਂਪ ਲਾਏ ਜਾਂਦੇ ਹੈ ਇਹ ਉਹਨਾਂ ਦੀ ਸੋਚ ਤੇ ਮੋਤੀਆ ਮੁਕਤ ਗਿੱਦੜਵਾ ਮੁਹਿੰਮ ਚਲਾਈ ਗਈ ਹੈ ਜਿਵੇਂ ਅੱਗੇ ਵਿਸ਼ਵਾਸ ਕਰਦੇ ਹੋ ਨਾ ਰਾਜਾ ਜੀ ਤੇ ਇਸ ਵਾਰੀ ਵੀ ਕਰੋ ਅੱਜ ਤਾਈਂ ਜਿੰਨੇ ਆਪਰੇਸ਼ਨ ਅਲੱਗ ਅਲੱਗ ਕੈਂਪਾਂ ਦੇ ਵਿੱਚੋਂ ਕਰਵਾਏ ਗਏ ਹੈ 100% ਸਕਸੈਸਫੁਲ ਰਹੇ ਹੈ 100% ਕਾਮਯਾਬ ਰਹੇ ਹੈ ਸਾਰੇ ਆਪਰੇਸ਼ਨ ਮੈਨੂੰ ਬਾਕੀਆਂ ਦਾ ਨਹੀਂ ਪਤਾ ਪਰ ਆਪਦੇ ਕੈਂਪਾਂ ਦੇ ਵਿੱਚ ਜਿੰਨੇ ਵੀ ਸਾਰੇ ਪ੍ਰਾਈਵੇਟ ਡਾਕਟਰ ਹੈ ਡਾਕਟਰ ਬਰਾੜ ਹੈ ਕੋਟਕਪੂਰੇ ਤੋਂ ਡਾਕਟਰ ਮਾਰਕਨ ਹੈ ਮੁਕਤਸਰ ਤੋਂ ਡਾਕਟਰ ਪੂਨਮ ਚੁੱਗ ਹੈ ਮੁਕਤਸਰ ਤੋਂ ਇਹ ਤਿੰਨ ਡਾਕਟਰਸ ਹੈ ਜਿਹੜੇ ਅੱਖਾਂ ਦੇ ਡਾਕਟਰ ਆਪਣੇ ਆਈ ਕੈਂਪਸ ਲਾਉਂਦੇ ਆ ਤੇ ਆਪਰੇਸ਼ਨ ਕਰਦੇ ਆ ਇਸ ਦੇ ਨਾਲ ਨਾਲ ਆਪਦਾ ਖੂਨ ਟੈਸਟ ਜ਼ਰੂਰ ਕਰਾਇਆ ਜੀ ਇੱਥੇ ਇੱਕ ਮਾਤਾ ਜੀ ਮਿਲੇ ਸੀ ਮੈਨੂੰ ਸਾਹਮਣੇ ਬੈਠੇ ਆ ਮੇਰੇ ਜਿਨ੍ਹਾਂ ਦਾ ਸ਼ੂਗਰ 550 ਆਇਆ ਉਹ ਕਹਿੰਦੇ ਕਿ ਕੋਈ ਨੀ ਮਰਨਾ ਤਾਂ ਹੈਗਾ ਹੀ ਇੱਕ ਦਿਨ ਉੱਥੇ ਜਾਣਾ ਵੀ ਜ਼ਰੂਰੀ ਹੈ ਮੈਂ ਕਿਹਾ ਬੇਬੇ ਕਿੱਥੇ ਜਾਣਾ ਜ਼ਰੂਰੀ ਹੈ ਕਹਿੰਦੇ ਰੱਬ ਕੋਲੇ ਨਹੀਂ ਨਹੀਂ ਰੱਬ ਕੋਲ ਜਾਣਾ ਤਾਂ ਆਪਣੀ ਨਹੀਂ ਨਾ ਜ਼ਿੰਮੇਵਾਰੀ ਉਹ ਤਾਂ ਅਗਲੇ ਦੇ ਲਿਜਾਣ ਵਾਲੇ ਦੀ ਜ਼ਿੰਮੇਵਾਰੀ ਹੈ ਆਪਣੀ ਜ਼ਿੰਮੇਵਾਰੀ ਇੱਥੇ ਜਿਉਣਾ ਆਪਣਾ ਕੰਮ ਹੈ ਇੱਥੇ ਤੰਦਰੁਸਤ ਹੋ ਕੇ ਜਿਉਣਾ ਕਿਵੇਂ ਉਹ ਆਪਣਾ ਕੰਮ ਹੈ ਮਰ ਤਾਂ ਕਹਿੰਦੇ ਜਾਣਾ ਪਤਾ ਨਹੀਂ ਹੁਣ ਆ ਜਾਣੀ ਹੈ ਵਾਰੀ ਕਿ ਹੋਰ ਸਾਲ ਨੂੰ ਆ ਜਾਣੀ ਹੈ ਕਿ ਹੋਰ 10 ਸਾਲਾਂ ਨੂੰ ਆ ਜਾਣੀ ਹੈ ਉਹ ਤਾਂ ਆਪੋ ਆਪਣੀ ਵਾਰੀ ਹਰੇਕ ਨੇ ਚਲੇ ਜਾਣਾ ਪਰ ਮਰਨ ਦੀ ਗੱਲ ਨਾ ਕਰਿਆ ਕਰੋ ਜਿਉਣ ਦੀ ਗੱਲ ਕਰਿਆ ਕਰੋ
ਇਹ ਕੈਂਪ ਤੁਹਾਡੇ ਸਾਰਿਆਂ ਦੇ ਜਿਉਣ ਪਿੱਛੇ ਤੁਹਾਡੀ ਤੰਦਰੁਸਤੀ ਵਾਸਤੇ ਲਾਏ ਜਾਂਦੇ ਆ ਤੇ ਜਿਹੜੇ ਜਿਹੜੇ ਮਰੀਜ਼ ਦਾ ਐਚ ਬੀ ਘੱਟ ਆਇਆ ਉਹ ਆਪਦੀ ਦਵਾਈ ਆਇਰਨ ਜ਼ਰੂਰ ਲੈ ਕੇ ਜਾਵੇ ਜਿਹਨੂੰ ਸ਼ੂਗਰ ਆਈ ਹੈ ਉਹ ਡਾਇਬਟੀਜ਼ ਦੀ ਦਵਾਈ ਇੱਥੇ ਹੈਗੀ ਉਹ ਵੀ ਲੈ ਕੇ ਜਾਵੇ ਜਿਹਦਾ ਬੀ ਪੀ ਵੱਧ ਆਇਆ ਬੀ ਪੀ ਦੀਆਂ ਵੀ ਦਵਾਈਆਂ ਰੱਖੀਆਂ ਵੀ ਹੈ ਉਹ ਵੀ ਲੈ ਕੇ ਜਾਵੇ ਅੱਖਾਂ ਦੀਆਂ ਦਵਾਈਆਂ ਵੀ ਹੈਗੀਆਂ ਉਹ ਵੀ ਲੈ ਕੇ ਜਾਇਆ ਜੀ ਕਿ ਜਿਸ ਕਿਸੇ ਨੂੰ ਅੱਖਾਂ ਦੇ ਆਪਰੇਸ਼ਨ ਦੀ ਜ਼ਰੂਰਤ ਹੈ ਉਹ ਤੁਹਾਨੂੰ ਦਿਨ ਦਿੱਤਾ ਜਾਊਗਾ ਕੋਲੇ ਰੁਪਈਏ ਦੀ ਲੋੜ ਨਹੀਂ ਤੁਹਾਨੂੰ ਪਰਿਵਾਰ ਦਾ ਇੱਕ ਜੀ ਨਾਲ ਲੈ ਕੇ ਜਾਣਾ ਜਿਹੜਾ ਉੱਥੋਂ ਦਵਾਈਆਂ ਸਮਝ ਕੇ ਆ ਸਕੇ ਡਾਕਟਰ ਆਪਰੇਸ਼ਨ ਵਾਲੇ ਦਿਨ ਇੱਕ ਘਰ ਦਾ ਮੈਂਬਰ ਨਾਲ ਲੈ ਕੇ ਜਾਣਾ ਉਹ ਨਾਲ ਲੈ ਕੇ ਜਾਇਆ ਜੀ ਜਿਹੜਾ ਉੱਥੋਂ ਤੁਹਾਨੂੰ ਆਪ ਲੈ ਕੇ ਜਾਵਾਂਗੇ ਪਿੰਡ ਚੋਂ ਆਪਰੇਸ਼ਨ ਕਰਾ ਕੇ ਘਰੇ ਛੱਡ ਕੇ ਜਾਵਾਂਗੇ ਤੁਸੀਂ ਕੇਵਲ ਜਾਣਾ ਹੈ ਆਪਰੇਸ਼ਨ ਕਰਾਉਣ ਇੰਨਾ ਕੁ ਕੰਮ ਕਰਨਾ ਕਰ ਲਓਗੇ ਆਵਾਜ਼ ਹੀ ਨਹੀਂ ਆਈ ਠੀਕ ਹੈ ਤੁਹਾਡੀ ਤੰਦਰੁਸਤੀ ਵਾਲੀ ਤੁਰੀ ਫਿਰਨੀ ਹੈ ਜਦੋਂ ਕੋਈ ਚਾਰ ਬਜ਼ੁਰਗ ਤੰਦਰੁਸਤ ਹੋ ਕੇ ਅਸੀਸ ਦੇ ਦਿੰਦੇ ਆ ਨਾ ਮੈਂ ਉਦੋਂ ਦੁਨੀਆਂ ਜਿੱਤ ਲੈਂਦੀ ਹਾਂ ਬਸ ਉਸੇ ਵਾਲੀ ਤੁਰੀ ਫਿਰਦੀ ਤੁਹਾਡੀਆਂ ਅਸੀਸਾਂ ਦੀ ਮਾਰੀ ਆਡਰ ਪਿੰਡਾਂ 'ਚ ਕੈਂਪ ਲਾਉਣੀ ਹੈ ਇਹ ਮੁੱਲ ਨਹੀਂ ਮਿਲਦੀਆਂ ਅਸੀਸਾਂ ਇਹ ਤਾਂ ਜਦੋਂ ਕੋਈ ਆਪਦੇ ਦਿਲੋਂ ਦੇਵੇ ਤਾਂ ਉਦੋਂ ਹੀ ਮਿਲਦੀ ਹੈ ਜੇ ਤੁਹਾਨੂੰ ਕੈਂਪ 'ਚ ਆ ਕੇ ਕੋਈ ਦੋ ਪੈਸੇ ਵੀ ਫਾਇਦਾ ਹੋਵੇ ਨਾ ਤਾਂ ਇਹ ਚੀਜ਼ ਮੈਂ ਮੰਗ ਕੇ ਲੈਂਦੀ ਹਾਂ ਅਸੀਸ ਜ਼ਰੂਰ ਦਿਆ ਦੇ ਇਸੇ ਦੀ ਵਾਰੀ ਤੁਰੀ ਫਿਰ ਮੈਂ ਚਾਹੁੰਦੀ ਹਾਂ ਗਿੱਦੜ ਵਿੱਚ ਰਹਿੰਦਾ ਹਰ ਬਜ਼ੁਰਗ ਤੰਦਰੁਸਤ ਹੋਵੇ ਆਪਦੇ ਜੋਗੇ ਹੋਵੋ ਕਿਸੇ ਤੇ ਡਿਪੈਂਡੈਂਟ ਨਾ ਹੋਵੋ ਇਹ ਨਾ ਸੋਚੋ ਕਿ ਘਰ ਦੇ ਜੇ ਕਹਿਣਗੇ ਤਾਂ ਆਪਰੇਸ਼ਨ ਕਰਾਉਂਗੇ ਜਾਂ ਤਾਂ ਘਰ ਦੇ ਤੁਹਾਨੂੰ ਵੇਖਣ ਲਾ ਦੇਣ ਬੇਬੇ ਗੱਲ ਸੁਣੋ ਮੇਰੀ ਚਲੋ ਇਹ ਤਾਂ ਪਰਿਵਾਰਾਂ ਦੇ ਆਪਸੀ ਮਸਲੇ ਹੈ ਮੈਂ ਇਸ 'ਚ ਨਹੀਂ ਬੋਲਦੀ ਪਰ ਜਿੰਨਾ ਕੁ ਮੈਂ ਤੁਹਾਡੇ ਲਈ ਕਰ ਸਕਦੀ ਹਾਂ ਮੈਂ ਹਾਜ਼ਰ ਮੈਂ ਤਾਂ ਚਾਹੁੰਦੀ ਹਾਂ ਜੇ ਕਿਤੇ ਵੀ ਕੰਮ ਆ ਸਕਾਂ ਕਿਸੇ ਬਜ਼ੁਰਗ ਦੇ ਤਾਂ ਮੈਂ ਹਮੇਸ਼ਾ ਹਾਜ਼ਰ ਹਾਂ ਤੁਹਾਡੇ ਵਾਸਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਤਕਲੀਫ ਹੈ ਬਜ਼ੁਰਗਾਂ ਨੂੰ ਤਾਂ ਪਲੀਜ਼ ਆ ਕੇ ਦੱਸੋ ਇਕੱਲੀ ਅੱਖਾਂ ਦੀ ਨਹੀਂ ਅੱਖਾਂ ਤੋਂ ਬਿਨਾਂ ਵੀ ਜੇ ਕਿਸੇ ਬਜ਼ੁਰਗ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ ਕੋਈ ਦਵਾਈ ਚਾਹੀਦੀ ਹੈ ਤਾਂ ਸਾਡੀ ਫਾਊਂਡੇਸ਼ਨ ਸਦਾ ਤੁਹਾਡੇ ਲਈ ਹਾਜ਼ਰ ਹਮੇਸ਼ਾ ਹਾਜ਼ਰ ਹੈ ਤੁਹਾਡੇ ਵਾਸਤੇ ਤੁਹਾਡੀ ਤੰਦਰੁਸਤੀ ਦੇ ਮਾਰੇ ਪਰਮਾਤਮਾ ਤੁਹਾਨੂੰ ਅੱਜ ਕੈਂਪ ਤੇ ਆਏ ਹੋ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਹਾਡੇ ਅਸੀਂ ਕਿਸੇ ਕਾਬਲ ਕਿਸੇ ਕੰਮ ਆ ਸਕੀਏ ਇਹੀ ਦੁਆ ਕਰਦੀ ਹੈ ਤੇ ਆਪਦੀਆਂ ਦਵਾਈਆਂ ਲੈ ਕੇ ਜਾਇਆ ਜੀ ਆਪਰੇਸ਼ਨ ਕਰਾਉਣ ਲਈ ਆਇਆ ਜੀ ਤੁਹਾਡੇ ਪਰਮਾਤਮਾ ਆਪਰੇਸ਼ਨ ਸਕਸੈਸਫੁਲ ਕਰੇ ਕਾਮਯਾਬ ਕਰੇ ਸਾਡੇ ਵੱਲੋਂ ਕੋਈ ਕਮੀ ਨਹੀਂ ਇੱਕ ਪ੍ਰਾਈਵੇਟ ਡਾਕਟਰ ਕੋਲ ਜਾ ਕੇ ਜਿਵੇਂ ਕਰਾਉਂਗੇ ਉਵੇਂ ਹੀ ਹੋਊਗਾ ਕੋਈ ਫਰਕ ਨਹੀਂ ਆਉਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਹੀ ਆਪਰੇਸ਼ਨ ਹੋਊਗਾ ਤੁਹਾਡਾ ਤੇ ਕਿਸੇ ਦਾ ਰੁਪਈਆ ਨਹੀਂ ਲੱਗਣਾ ਅਖੀਰ 'ਚ ਫਿਰ ਇੱਕ ਵਾਰੀ ਗਏ ਤੇ ਇੱਥੇ ਮੈਨੂੰ ਇੱਕ ਭੈਣ ਮਿਲੀ ਸੀ ਜਿਹਦੇ ਬੱਚਿਆਂ ਦੇ ਅੱਖਾਂ ਦਾ ਆਪਰੇਸ਼ਨ ਹੋਣੇ ਸੀ ਦੋ ਹਾਂ ਭੈਣ ਇਹ ਤੋਂ ਬਾਅਦ ਜ਼ਰੂਰ ਮਿਲੀ ਮੈਨੂੰ ਜੇ ਕਿਸੇ ਦੇ ਬੱਚੇ ਨੂੰ ਅੱਖਾਂ ਦੀ ਤਕਲੀਫ ਹੈ ਉਹ ਵੀ ਜ਼ਰੂਰ ਮਿਲੋ ਆ ਕੇ ਇਕੱਲੇ ਬਜ਼ੁਰਗਾਂ ਵਾਸਤੇ ਕੈਂਪ ਨਹੀਂ ਗਾ ਇਸ ਭੈਣ ਦੇ ਕੀ ਪ੍ਰੋਬਲਮ ਹੈ ਤੇਰੇ ਬੱਚੇ ਨੂੰ ਠਿਕਦਾ ਹੋ ਗਿਆ ਜੀ ਇੱਕ ਰਹਿੰਦਾ ਇਹ ਜਿਹੜੇ ਡਾਕਟਰ ਅੱਜ ਆਏ ਵੀ ਹੈ ਜਿਹੜੇ ਡਾਕਟਰ ਅੱਜ ਆਏ ਵੀ ਹੈ ਨਾ ਉਹਨਾਂ ਨੇ ਇੱਕ ਆਪਰੇਸ਼ਨ ਪਹਿਲਾਂ ਕੀਤਾ ਹੈ ਤੇ ਇੱਕ ਹੋਰ ਕਰਨਾ ਪੈਸਿਆਂ ਵਾਲਾ ਨਹੀਂ ਹੁੰਦਾ ਪਿਆ ਓਕੇ ਪੈਸਿਆਂ ਦਾ ਇੰਤਜ਼ਾਮ ਮੈਂ ਕਰੂੰਗੀ ਇਹ ਪਹਿਲਾ ਆਪਰੇਸ਼ਨ ਵੀ ਮੈਨੂੰ ਲੱਗਦਾ ਆਪਾਂ ਕਰਾਇਆ ਰਾਜਾ ਜੀ ਨੇ ਕਰਾਇਆ ਹਜੇ ਨਹੀਂ ਜੀ ਗੱਲ ਉਹ ਪੈਲ ਫੜਾ ਕੇ ਆਂਦੀ ਸੀ ਜੀ ਲਾਭਪਾਤਰੀ ਨੇ ਜੋੜ ਤੇ ਬੰਦ ਹੀ ਕਰਦੇ ਏਦਾਂ ਦੀ ਗੱਲ ਉਹ ਕਾਰਡ ਹੀ ਬੰਦ ਕਰਦੇ ਆ ਦੂਜੇ ਪਾਸੇ ਜੋੜ ਠੀਕ ਹੈ ਪਹਿਲੇ ਆਪਰੇਸ਼ਨ ਦਾ 18000 ਰੁਪਇਆ ਵੀ ਦਿੱਤਾ ਪਹਿਲਾ ਆਪਰੇਸ਼ਨ ਕਰਾਇਆ ਸੀ ਉਦੋਂ ਵੀ 18000 ਰੁਪਇਆ ਲੱਗਿਆ ਉਹ ਵੀ ਦਿੱਤਾ ਤੇ ਦੂਜਾ ਆਪਰੇਸ਼ਨ ਵੀ ਕਰਾ ਦਿੱਤਾ
ਪਰ ਇਸ ਤਰ੍ਹਾਂ ਦਾ ਤੁਹਾਡੇ ਕੋਲ ਕੋਈ ਵੀ ਪੇਸ਼ੈਂਟ ਹੈਗਾ ਜਿਹਦੇ ਬੱਚਿਆਂ ਨੂੰ ਆਪਰੇਸ਼ਨ ਦੀ ਲੋੜ ਹੈ ਅੱਖਾਂ ਦਿਆਂ ਦੀ, ਰੋਣ ਦੀ ਲੋੜ ਨਹੀਂ? ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਆਪਣੇ ਪਿੰਡਾਂ ਚ ਕੋਈ ਇਸ ਤਰ੍ਹਾਂ ਦੀ ਭੈਣ ਹੈਗੀ ਹੈ ਜਿਹਦੇ ਬੱਚੇ ਨੂੰ ਅੱਖਾਂ ਦੀ ਤਕਲੀਫ ਹੈ, ਤਾਂ ਕੋਈ ਜ਼ਰੂਰ ਆਵੇ ਪਲੀਜ਼, ਹਰੇਕ ਦਾ ਕਰਾਉਣੇ ਇਲਾਜ, ਰੋਣ ਦੀ ਲੋੜ ਜ਼ਰੂਰ ਕਰਾਵਾਂਗਾ। ਹੁਣ ਇਸ ਤੋਂ ਬਾਅਦ ਮਿਲੀ ਡਾਕਟਰ ਨੂੰ ਲੈ ਕੇ ਜਾ ਮੈਡਮ ਜੀ। ਆ ਬੱਚਾ ਇਹਦੀ ਜਿਹੜੇ ਅੱਖ ਦਾ ਆਪਰੇਸ਼ਨ ਕਰਾਇਆ ਸੀ ਠੀਕ ਹੋ ਗਿਆ? ਨਹੀਂ ਕਰਵਾਉਣਾ ਨਹੀਂ ਜਿਹੜੇ ਇਹ ਹੋਰ ਬੱਚਾ ਡਾਕਟਰ ਨੂੰ ਵਿਖਾਏ ਆ ਹੁਣ ਦਾ ਇਹ ਤੋਂ ਬਾਅਦ ਮਿਲੋ ਜਿਹੜੇ ਇਸ ਤਰ੍ਹਾਂ ਦੇ ਬੱਚੇ ਹੈ ਕੁਛ ਨਹੀਂ ਨਜ਼ਰ ਇਸ ਬੱਚੇ ਨੂੰ ਜੇ ਡਾਕਟਰ ਨੇ ਆਪਰੇਸ਼ਨ ਕਿਹਾ ਆਪਰੇਸ਼ਨ ਕਰਾਵਾਂਗੇ, ਜੇ ਇਹਦਾ ਇਲਾਜ ਮੁਮਕਿਨ ਹੋਇਆ ਇਹਦੇ ਇਲਾਜ ਦੀ ਜ਼ਿੰਮੇਵਾਰੀ 100% ਮੈਂ ਚੱਕਦੀ ਹਾਂ। 100% ਇਸ ਤਰ੍ਹਾਂ ਦਾ ਕੋਈ ਵੀ ਬੱਚਾ ਆਉਂਦਾ ਜਿਹਨੂੰ ਅੱਖਾਂ ਦੇ ਇਲਾਜ ਦੀ ਲੋੜ ਹੈ ਤਾਂ ਮੇਰੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਆ, ਪਲੀਜ਼ ਮਰੀਜ਼ ਸਾਡੇ ਕੋਲ ਭੇਜੋ। ਮੈਂ ਪਿੰਡਾਂ 'ਚ ਤੁਰੀ ਫਿਰਦੀ ਹਾਂ, ਇਸੇ ਗੱਲ ਮਾਰੀ ਤੁਰੀ ਫਿਰਦੀ ਹੈ ਕਿ ਜਿਹੜੇ ਮਾਂ ਬਾਪ ਆਪਦੇ ਬੱਚਿਆਂ ਦਾ ਇਲਾਜ ਨਹੀਂ ਕਰਵਾ ਸਕਦੇ ਉਹ ਸਾਡੇ ਕੋਲ ਆਓ, ਸਾਡੇ ਤੱਕ ਪਹੁੰਚੋ, ਇਲਾਜ ਕਰਾਉਣਾ 100% ਸਾਡੀ ਜ਼ਿੰਮੇਵਾਰੀ ਹੈ। ਤੁਹਾਡਾ ਅਸੀਂ ਰੁਪਈਆ ਨਹੀਂ ਲੱਗਣ ਦਿੰਦੇ, ਪਰ ਆਪਦਾ ਬੱਚਾ ਲੈ ਕੇ ਆਉਣਾ ਤੁਹਾਡੀ ਜ਼ਿੰਮੇਵਾਰੀ, ਉਹ ਮੇਰੀ ਨਹੀਂ। ਮੈਨੂੰ ਤਾਂ ਪਤਾ ਹੀ ਨਹੀਂ ਕਰੇ ਕਿਹੜਾ ਬੰਦਾ ਬਿਮਾਰ ਬੈਠਾ, ਮੈਂ ਤਾਂ ਪਿੰਡ ਤੱਕ ਆ ਸਕਦੀ ਹਾਂ, ਘਰਾਂ ਤੱਕ ਨਹੀਂ ਪਹੁੰਚ ਸਕਦੀ। ਇਸੇ ਲਈ ਹਰ ਪਿੰਡ ਦੇ ਵਿੱਚ ਕੈਂਪ ਲਾ ਰਹੀ ਹੈ, ਇਕੱਲੇ ਬਜ਼ੁਰਗਾਂ ਵਾਸਤੇ ਕੈਂਪ ਨਹੀਂ ਹੈ, ਹਰੇਕ ਵਾਸਤੇ ਕੈਂਪ ਹੈ। ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਾਹਲੀ ਬਾਹਲੀ ਤੰਦਰੁਸਤੀ ਬਖਸ਼ੇ। ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਬਾਬਾ ਨਾਨਕ ਆਪਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਮੈਨੂੰ ਇਸ ਕਾਬਲ ਬਣਾਈ ਰੱਖੇ ਕਿ ਮੈਂ ਤੁਹਾਡੀ ਸੇਵਾ ਕਰਦੀ ਰਹਾਂ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈ। ਬਾਬਾ ਨਾਨਕ ਦਾ ਹੱਥ ਸਦਾ ਆਪਣੇ ਸਾਰਿਆਂ ਦੇ ਸਿਰ ਤੇ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।